ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਭਾਈ ਕਸ਼ਮੀਰ ਸਿੰਘ ਜੀ ਬੋੜੂ ਸਿੰਘਾਂ ਨੇ ਜਿਹੜਾ ਅਸੀਂ ਕੱਲ੍ਹ ਰੋਸ ਮਾਰਚ ਕੱਢਿਆ ਸੀ ਨਸ਼ਿਆਂ ਦੇ ਖਿਲਾਫ਼, ਅਤੇ ਅੱਜ ਪਿੰਡ ਜਗਤਪੁਰਾ ਵਿਖੇ ਸਿੰਘਾਂ ਦੇ ਉਦਮ ਸਦਕਾ ਜਿਹੜਾ ਵਾ ਇੱਕ ਬੀਬੀ ਇੱਥੇ ਜਿਹੜੀ ਆ ਫੜੀ ਗਈ ਹੈ ਸਮੈਕ ਵੇਚਦੀ, ਅਤੇ ਆਹ ਪੁਲਿਸ ਵੀ ਆਈ ਹੈ ਸਾਡੀ, ਅਤੇ ਇਹਨਾਂ ਨੂੰ ਬੇਨਤੀ ਆ ਵੀਰਾਂ ਨੂੰ ਕਿ ਇਸ ਬੀਬੀ ਦੇ ਉੱਤੇ ਜਿਹੜਾ ਵਾ ਉਹ ਪਰਚਾ ਕੀਤਾ ਜਾਵੇ। ਕਿਹੜੀ ਬੀਬੀ ਭਰਾ ਵਾ ਕਸ਼ਮੀਰ? ਆਹ ਭਾਈ ਕਸ਼ਮੀਰ ਸਿੰਘ ਕੋਲ ਆ, ਆਹ ਵਿਖਾਓ ਮਾੜੀ ਜੀ ਕਸ਼ਮੀਰ ਸਿੰਘ ਕੱਢਿਓ ਮਾੜੀ। ਤਰਨ ਤਾਰਨ ਸਾਹਿਬ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਵੀ ਜਿਹੜਾ ਤੁਸੀਂ ਫੜੋਗੇ ਆਪਣੇ ਤੌਰ ਤੇ, ਜੇ ਹੁੰਦਾ ਬੰਦਾ ਉਹਨੂੰ ਅਸੀਂ ਆਪਣੇ ਤੌਰ ਤੇ ਵੀ ਸਜ਼ਾ ਦੇਣੀ ਸੀ ਖਾਲਸਾ ਦੇ ਰਵਾਇਤੀ ਅਨੁਸਾਰ। ਹੁਣ ਇਹ ਜਨਾਨੀ ਆ ਦੂਸਰੇ ਨੰਬਰ ਤੇ, ਐਸ ਪੀ ਸਾਹਿਬ ਨੇ ਸਾਨੂੰ ਆਖਿਆ ਸੀ ਉੱਥੇ 302 ਦਾ ਜਿਹੜਾ ਪਰਚਾ ਦਰਜ ਹੋਊਗਾ। ਆਹ ਵੇਖੋ ਸਮੈਕ ਜਿਹੜੀ ਇਹ ਮੁੰਡੇ ਲਾ ਕੇ ਮਰ ਰਹੇ ਨੇ, ਆਪਾਂ ਵੇਖ ਰਹੇ ਵਟਸਐਪ ਅਖਬਾਰਾਂ ਦੇ ਟੀਕੇ ਲਾ ਕੇ ਇਹਦਾ ਟੀਕਾ ਬਣਨਾ ਵਾ, ਇਹ ਮੌਤ ਦੇ ਘਾਟ, ਇਹਨੂੰ ਮੌਤ ਦਾ ਜਿਹੜਾ ਤੁਹਾਨੂੰ ਪਤਾ ਮੌਤ ਦੀ ਸਜ਼ਾ ਕੀ ਨਹੀਂ 302। ਐਸ ਪੀ ਸਾਹਿਬ ਨੂੰ ਅਸੀਂ ਫੇਰ ਮੰਗ ਕਰਦੇ ਹਾਂ, ਤੁਸੀਂ ਸਾਨੂੰ ਵਿਸ਼ਵਾਸ ਦਵਾਇਆ ਮੀਟਿੰਗ ਹੋਈ ਸੀ ਤੁਹਾਡੇ ਨਾਲ ਸਾਡੀ, ਇੱਥੇ 302 ਦਾ ਜਿਹੜਾ ਵਾ ਉਹ ਅਸੀਂ ਪਰਚਾ ਮੰਗ ਕਰਦੇ, ਪਰਚਾ ਹੋਣਾ ਚਾਹੀਦਾ।